ਲੋਕਾਂ ਨੇ ਬਪਤਿਸਮਾ ਲਿਆ ਵਾ, ਪਰ ਬਪਤਿਸਮਾ ਲੈਣ ਦੇ ਬਾਵਜੂਦ ਵੀ ਉਹਨਾਂ ਦੇ ਅੰਦਰ ਕੋਈ ਪ੍ਰਭਾਵ ਨਹੀਂ ਆ। ਬਪਤਿਸਮਾ ਲੈਣ ਦੇ ਬਦਲੇ ਬਪਤਿਸਮਾ ਲੈਣ ਦੇ ਬਾਵਜੂਦ ਵੀ ਕੋਈ ਬਦਲਾਵ ਨਹੀਂ ਆ। ਜੇਕਰ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ, ਅਸੀਂ ਕਰਨਾ ਕੀ ਆ ਔਰ ਬਪਤਿਸਮਾ ਕੀ ਚੀਜ਼ ਹੈ? ਕਿਉਂਕਿ ਜਦੋਂ ਅਸੀਂ ਖੁਦਾ ਦੇ ਬੱਚੇ ਦੇ ਵਿੱਚ ਪੜਾਂਗੇ ਇਸ ਬਾਈਬਲ ਦੇ ਵਿੱਚ ਨਵਾਂ ਨੇਮ ਗਲਾਤੀਆ ਦੀ ਕਿਤਾਬ ਉਸਦੇ 3 ਅਧਿਆਇ ਉਹਦਾ 27 ਵਚਨ ਅਸੀਂ ਦੇਖਾਂਗੇ। ਸੋ ਬਪਤਿਸਮੇ ਦੇ ਬਾਰੇ ਅੱਜ ਅਸੀਂ ਗੌਰ ਕਰਾਂਗੇ। ਕਈ ਸਾਡੀਆਂ ਭੈਣਾਂ ਨੇ, ਕਈ ਸਾਡੇ ਭਾਈਆਂ ਨੇ ਵੀ ਬਪਤਿਸਮਾ ਲਿਆ ਹੈ, ਲੇਕਿਨ ਬਪਤਿਸਮਾ ਲੈਣ ਤੋਂ ਬਾਅਦ ਜੋ ਭੁੱਲ ਗਏ ਆ। ਮੰਨ ਲਈਏ ਅਗਰ ਅਸੀਂ ਬਪਤਿਸਮਾ ਲਿਆ ਵਾ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਮੈਂ ਬਪਤਿਸਮਾ ਲਿਆ ਵਾ। ਇਕੱਲਾ ਨਾਮ ਦਾ ਬਪਤਿਸਮਾ ਨਹੀਂ ਆ ਕਿ ਅਸੀਂ ਇੱਕ ਕਾਨੂੰਨ ਪੂਰਾ ਕਰ ਦਿੱਤਾ ਬਸ ਠੀਕ ਆ। ਬਪਤਿਸਮਾ ਲੈਣ ਤੋਂ ਬਾਅਦ ਅਸੀਂ ਬਪਤਿਸਮੇ ਦੇ ਵਿੱਚ ਰਹਿਣਾ ਵਾ, ਕਿਉਂਕਿ ਜਦੋਂ ਅਸੀਂ ਯਿਸੂ ਮਸੀਹ ਨੂੰ ਮੰਨ ਲੈਂਦੇ ਹਾਂ, ਬਾਈਬਲ ਲਿਖਿਆ ਜਦੋਂ ਅਯੂਬ ਨਬੀ ਇਹ ਖੁਦਾ ਦਾ ਦਾਸ ਸੀ, ਜਦੋਂ ਸ਼ੈਤਾਨ ਦੇ ਨਾਲ ਪਰਮੇਸ਼ਰ ਦੀ ਗੱਲਬਾਤ ਹੋ ਰਹੀ ਸੀ ਤੇ ਪਰਮੇਸ਼ਰ ਨੇ ਸ਼ੈਤਾਨ ਨੂੰ ਪੁੱਛਿਆ ਕਿ ਤੂੰ ਕਿੱਥੋਂ ਆਇਆ ਵਾ, ਔਰ ਸ਼ੈਤਾਨ ਨੇ ਜਵਾਬ ਦਿੱਤਾ ਕਿ ਮੈਂ ਧਰਤੀ ਦੇ ਉੱਤੇ ਘੁੰਮ ਫਿਰ ਕੇ ਆਇਆ ਵਾ, ਔਰ ਪਰਮੇਸ਼ਰ ਦੇ ਸ਼ੈਤਾਨ ਨੂੰ ਕਿਹਾ ਕਿ ਮੇਰਾ ਦਾਸ ਅਯੂਬ ਤੂੰ ਉਹਦੇ ਘਰ ਗਿਆ, ਉਹਨੂੰ ਦੇਖਿਆ, ਉਹਨੇ ਕਿਹਾ ਮੈਂ ਦੇਖਿਆ ਉਹ ਬੰਦਾ ਤੇਰੀ ਬੜੀ ਭਗਤੀ ਕਰਦਾ, ਹਰ ਗੱਲ ਵਿੱਚ ਤੈਨੂੰ ਪਿਆਰ ਦਿੰਦਾ ਵਾ। ਮੈਂ ਉਹਦੇ ਘਰ ਗਿਆ ਪਰ ਮੈਂ ਉਹਦੇ ਘਰ ਨਹੀਂ ਜਾ ਸਕਿਆ ਕਿਉਂਕਿ ਤੂੰ ਉਹਦੇ ਘਰ ਦੇ ਆਲੇ ਦੁਆਲੇ ਦੂਤਾਂ ਦੀ ਬਾਗ ਲਾਈ ਹੈ। ਹਾਲੇਲੂਯਾ। ਔਰ ਇਸ ਕਰਕੇ ਮੈਂ ਉਸ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। ਮੇਰੇ ਭੈਣ ਭਾਈਓ, ਜੋ ਲੋਕ ਰੱਬ ਨੂੰ ਮੰਨਦੇ ਆ, ਬੰਦਗੀ ਕਰਦੇ ਆ, ਬਪਤਿਸਮਾ ਲੈ ਲੈਂਦੇ ਆ, ਉਹਨਾਂ ਦੇ ਚਾਰੋਂ ਤਰਫ ਯਿਸੂ ਸੀ ਆਪਣੇ ਦੂਤਾਂ ਦੀ ਬਾਗ ਲਾ ਜਾਂਦਾ, ਔਰ ਉਸ ਘਰ ਦੀ ਕਦੀ ਸ਼ੈਤਾਨ ਹਮਲਾ ਨਹੀਂ ਕਰ ਸਕਦਾ। ਸੋ ਗੱਲ ਬਪਤਿਸਮੇ ਦੀ ਹੋ ਰਹੀ ਆ ਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ ਉਦੋਂ ਅਸੀਂ ਕੀ ਕਰਦੇ ਹਾਂ ਜੀ ਪਰਾਗੇ? ਕਿਉਂ ਜੋ ਤੁਸਾਂ ਦੁਨੀਆ ਨੇ ਮਸੀਹ ਵਿੱਚ ਬਪਤਿਸਮਾ ਲਿਆ, ਮਸੀਹ ਨੂੰ ਪਹਿਨ ਲਿਆ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਲਿਖਿਆ ਇਸ ਕਰਕੇ ਤੁਸੀਂ ਜਿੰਨਿਆਂ ਨੇ ਬਪਤਿਸਮਾ ਲਿਆ ਯਿਸੂ ਮਸੀਹ ਨੂੰ ਕੀ ਕਰ ਲਿਆ ਵਾ? ਪਹਿਨ ਲਿਆ ਵਾ। ਅੱਜ ਜਿਨ੍ਹਾਂ ਨੇ ਬਪਤਿਸਮਾ ਲਿਆ ਉਹਨਾਂ ਵਾਸਤੇ ਵੀ, ਜਿਨ੍ਹਾਂ ਨੇ ਨਹੀਂ ਲਿਆ ਉਹਨਾਂ ਵਾਸਤੇ ਮੈਂ ਦੱਸਣ ਵਾਸਤੇ ਜਾ ਰਿਹਾ। ਜਿਨ੍ਹਾਂ ਨੇ ਯਿਸੂ ਮਸੀਹ ਦੇ ਵਿੱਚ, ਜਿਨ੍ਹਾਂ ਨੇ ਬਪਤਿਸਮਾ ਲਿਆ ਵਾ, ਉਹਨਾਂ ਨੇ ਯਿਸੂ ਨੂੰ ਪਹਿਨ ਲਿਆ ਵਾ। ਔਰ ਇੱਕ ਬਪਤਿਸਮਾ, ਇੱਕ ਹੋਰ ਮੈਂ ਗੱਲ ਸੱਚਣਾ, ਬਪਤਿਸਮਾ ਵੀ ਕਈ ਪ੍ਰਕਾਰ ਦਾ ਵਾ, ਪਰ ਅਸਲੀ ਬਪਤਿਸਮਾ ਉਹ ਵਾ ਜਿਹੜਾ ਯਿਸੂ ਮਸੀਹ ਨੇ ਆਪ ਲਿਆ। ਯਿਸੂ ਮਸੀਹ ਨੇ ਡੁਬਕੀ ਦਾ ਬਪਤਿਸਮਾ ਲਿਆ, ਉਹਦੇ ਚੇਲਿਆਂ ਨੇ ਡੁਬਕੀ ਦਾ ਬਪਤਿਸਮਾ ਲਿਆ, ਜਦੋਂ ਮਿਸਰ ਦੇਸ਼ ਦੇ ਵਿੱਚੋਂ ਇਸਰਾਈ ਲੋਕਾਂ ਨੂੰ ਆਜ਼ਾਦ ਕਰਾਇਆ ਗਿਆ ਤੇ ਉਹ ਸਮੁੰਦਰ ਦੇ ਵਿੱਚੋਂ ਲੰਘ ਗਏ, ਉਦੋਂ ਉਹਨਾਂ ਦਾ ਬਪਤਿਸਮਾ ਹੋ ਗਿਆ। ਕਈ ਲੋਕ ਅਲੱਗ ਅਲੱਗ ਪ੍ਰਕਾਰ ਦੇ ਨਾਲ ਬਪਤਿਸਮਾ ਦਿੰਦੇ ਆ, ਪਰ ਅਸਲੀ ਬਪਤਿਸਮਾ ਇਹੀ ਆ ਕਿ ਜਿਹੜਾ ਡੁਬਕੀ ਦਾ ਬਪਤਿਸਮਾ ਹੈ। ਔਰ ਡੁਬਕੀ ਦਾ ਬਪਤਿਸਮਾ ਅੱਜ ਸਾਨੂੰ ਵੀ ਲੈਣਾ ਚਾਹੀਦਾ। ਸੋ ਇਸ ਜਗ੍ਹਾ ਤੇ ਮੈਂ ਦੱਸ ਰਿਹਾ ਕਿ ਬਪਤਿਸਮਾ ਜਿਹੜਾ ਵਾ, ਜੋ ਯਿਸੂ ਮਸੀਹ ਨੇ ਬਪਤਿਸਮਾ ਲਿਆ, ਉਹੀ ਬਪਤਿਸਮਾ ਅਸੀਂ ਵੀ ਲੈਣਾ ਵਾ। ਕਿਉਂਕਿ ਬਹੁਤ ਸਾਰੀਆਂ ਸੰਸਥਾ, ਬਹੁਤ ਸਾਰੀਆਂ ਮਿਸ਼ਨਾਂ ਦੇ ਅੰਦਰ ਅਲੱਗ ਅਲੱਗ ਤਰੀਕੇ ਨਾਲ ਬਪਤਿਸਮਾ ਦਿੱਤਾ ਜਾਂਦਾ ਵਾ। ਕਈ ਵਾਰੀ ਅਸੀਂ ਕਹਿੰਦੇ ਇੱਕ ਬੱਚੇ ਨੂੰ ਬਪਤਿਸਮਾ ਦੇਤਾ ਵਾ, ਜਦੋਂ ਅਸੀਂ ਬੱਚੇ ਨੂੰ ਬਪਤਿਸਮਾ ਦਿੱਤਾ, ਬੱਚਾ ਵੱਡਾ ਹੋ ਗਿਆ, ਉਹ ਪਾਪ ਮੰਨ ਲਿਆ ਪੈਂਦਾ ਵਾ, ਤੇ ਫਿਰ ਬਪਤਿਸਮਾ ਕਿੱਥੇ ਚਲ ਗਿਆ? ਅਸਲੀ ਬਪਤਿਸਮਾ ਉਹਨੂੰ ਦਿੱਤਾ ਜਾਂਦਾ ਜਿਹਨੂੰ ਸਮਝ ਵਾ,
ਕਿ ਗਲਤੀ ਕੀ ਚੀਜ਼ ਵਾ, ਪਾਪ ਕੀ ਆ। ਜੇ ਤੂੰ ਸਮਝ ਗਈ ਆ, ਉਹਨੂੰ ਦੇਣ ਦੀ ਕੋਈ ਜ਼ਰੂਰਤ ਵੀ ਨਹੀਂ ਆ। ਔਰ ਇੱਥੇ ਭਰਿਆ ਕਿ ਜਿੰਨੀਆਂ ਲੋਕਾਂ ਨੇ ਬਪਤਿਸਮਾ ਲਿਆ, ਉਹਨਾਂ ਨੇ ਸਾਰਿਆਂ ਨੇ ਯਿਸੂ ਮਸੀਹ ਨੂੰ ਕੀ ਕੀਤਾ, ਪਹਿਨ ਲਿਆ ਵਾ। ਅਗਰ ਮੰਨ ਲਿੱਤੀਏ ਤੁਸੀਂ ਯਿਸੂ ਮਸੀਹ ਨੂੰ ਪਹਿਨ ਲਿਆ ਵਾ, ਔਰ ਤੁਹਾਡੀ ਜ਼ਿੰਦਗੀ ਦੇ ਅੰਦਰ ਯਿਸੂ ਮਸੀਹ ਵਾਲੇ ਕੰਮ ਹੋਣੇ ਚਾਹੀਦੇ ਆ। ਬਾਈਬਲ ਚ ਲਿਖਿਆ ਕਿ ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਕਿ ਉਹਦੇ ਫਲ ਕਿੱਦਾਂ ਆ। ਅੱਜ ਇਨਸਾਨ ਇਨਸਾਨ ਦੇ ਕੰਮਾਂ ਦੇ ਮੁਤਾਬਕ ਪਤਾ ਲੱਗਦਾ ਹੈ। ਜੇ ਤੁਸੀਂ ਬਪਤਿਸਮਾ ਲਿਆ ਵਾ ਤੇ ਤੁਸੀਂ ਯਿਸੂ ਮਸੀਹ ਨੂੰ ਪਹਿਨ ਲਿਆ ਵਾ, ਤੇ ਜੇ ਤੁਸੀਂ ਬਪਤਿਸਮਾ ਲੈ ਕੇ ਕਿਸੇ ਨੂੰ ਗਾਲਾਂ ਕੱਢਦੇ ਜੋ, ਕਿਸੇ ਦੇ ਉੱਤੇ ਦੋਸ਼ ਲਾਉਂਦੇ ਜੋ, ਇਹਦਾ ਮਤਲਬ ਕਿ ਯਿਸੂ ਮਸੀਹ ਗੱਲਾਂ ਕਰ ਰਿਹਾ ਵਾ। ਬਪਤਿਸਮਾ ਜਿਨ੍ਹਾਂ ਨੇ ਲਿਆ ਵਾ ਉਹਨਾਂ ਨੇ ਯਿਸੂ ਮਸੀਹ ਨੂੰ ਪਹਿਨ ਲਿਆ ਵਾ। ਹੁਣ ਪਹਿਨਣ ਦਾ ਮਤਲਬ ਕੀ ਆ, ਪਹਿਨਣ ਦਾ ਮਤਲਬ ਕੀ ਆ? ਜਦੋਂ ਆਦਮ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਪਰਮੇਸ਼ਰ ਨੇ ਆਦਮ ਨੂੰ ਆਵਾਜ਼ ਦਿੱਤੀ ਤੇ ਆਦਮ ਨੇ ਕਿਹਾ ਕਿ ਮੈਂ ਤੇਰੇ ਸਾਹਮਣੇ ਨਹੀਂ ਹੋ ਸਕਦਾ, ਮੈਂ ਕੀ ਆ, ਨੰਗਾ ਵਾ। ਇਹਦਾ ਮਤਲਬ ਉਹਨੇ ਕੋਈ ਕੱਪੜਾ ਨਹੀਂ ਸੀ ਪਾਇਆ, ਉਹ ਕੋਈ ਝੂਠ ਵੀ ਨਹੀਂ ਸੀ ਬੋਲ ਰਿਹਾ, ਉਹ ਸੱਚਾਈ ਦੱਸ ਰਿਹਾ ਸੀ ਕਿ ਮੈਂ ਤੇਰੇ ਸਾਹਮਣੇ ਨਹੀਂ ਹੋ ਸਕਦਾ ਕਿਉਂਕਿ ਮੈਂ ਕੀ ਆ, ਨੰਗਾ। ਨੰਗੇ ਦਾ ਮਤਲਬ ਕਿ ਉਹਨੇ ਕੋਈ ਕੱਪੜਾ ਨਹੀਂ ਪਹਿਨਿਆ। ਔਰ ਨੰਗਾ ਇੱਕ ਪਾਪ ਨੂੰ ਦਰਸਾਉਂਦਾ ਵਾ, ਨੰਗਾ ਇਨਸਾਨ ਇੱਕ ਪਾਪ ਨੂੰ ਦਰਸਾ ਰਿਹਾ ਵਾ। ਆਦਮ ਇਸ ਕਰਕੇ ਕਹਿ ਰਿਹਾ ਸੀ ਮੈਂ ਨੰਗਾ ਵਾ ਕਿਉਂਕਿ ਹੁਣ ਮੇਰੇ ਕੋਲ ਕੀ ਹੋ ਗਿਆ ਵਾ, ਪਾਪ ਹੋ ਗਿਆ ਵਾ। ਪਾਪ ਕਰਨ ਵਾਲੇ ਲੋਕ ਅੱਜ ਨੰਗੇ ਆ, ਪਾਪ ਕਰਨ ਵਾਲੇ ਲੋਕ ਕਿਸੇ ਦੇ ਸਾਹਮਣੇ ਨਹੀਂ ਹੋ ਸਕਦੇ ਕਿਉਂਕਿ ਉਹ ਨੰਗੇ, ਮਤਲਬ ਕਿ ਉਹਨਾਂ ਨੂੰ ਸ਼ਰਮ ਮਹਿਸੂਸ ਹੋਵੇਗੀ। ਔਰ ਆਦਮ ਨੇ ਕਿਹਾ ਕਿ ਮੈਂ ਤੇਰੇ ਸਾਹਮਣੇ ਨਹੀਂ ਹੋ ਸਕਦਾ ਕਿਉਂਕਿ ਮੈਂ ਨੰਗਾ ਵਾ। ਔਰ ਬਾਈਬਲ ਚ ਪੜ੍ਹਿਆ ਕਿ ਜਿਨ੍ਹਾਂ ਨੇ ਬਪਤਿਸਮਾ ਲਿਆ ਉਹਨਾਂ ਨੇ ਯਿਸੂ ਮਸੀਹ ਨੂੰ ਕੀ ਕੀਤਾ ਵਾ, ਪਹਿਨ ਲਿਆ ਵਾ। ਹਾਲੇਲੂਯਾ। ਔਰ ਜਿਨ੍ਹਾਂ ਨੇ ਬਪਤਿਸਮਾ ਲਿਆ ਉਹ ਹੁਣ ਨੰਗੇ ਨਹੀਂ ਆ। ਪਹਿਲਾਂ ਕੀ ਸੀ, ਉਹ ਨੰਗੇ ਸੀ, ਪਹਿਲਾਂ ਪਾਪ ਦੇ ਵਿੱਚ ਸੀ। ਹੁਣ ਪਹਿਨਣ ਦਾ ਮਤਲਬ ਕੀ ਆ, ਜਦੋਂ ਅਸੀਂ ਕੱਪੜਾ ਪਹਿਨਦੇ ਹਾਂ, ਕੋਈ ਸੂਟ ਪਾਉਂਦੇ ਹਾਂ, ਅਸੀਂ